ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਹਲਕਾ ਦਾਖਾ ਦੇ MLA ਸਰਦਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਪਿੰਡਾਂ ਵਿੱਚ ਲਗਾਤਾਰ ਜਾਰੀ ਹੈ। ਮਨਪ੍ਰੀਤ ਇਆਲੀ ਨੇ ਪਿੰਡ ਲੀਹਾਂ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਲਈ ਵੋਟਾਂ ਮੰਗੀਆਂ। ਪਹਿਲਾਂ ਸਾਡੇ ਤੇ ਰਮਨੀਤ ਬਿੱਟੂ MP ਰਹੇ ਨੇ, ਮਤਲਬ ਮੁੜ ਕੇ ਉਹਨਾਂ ਨੇ ਦਿਖਾਈ ਨਹੀਂ ਦਿੱਤੀ ਇੱਥੇ ਆ ਕੇ। ਚਲੋ ਹੁਣ ਚੋਣ ਜਲਸੇ ਚੱਲ ਰਹੇ ਨੇ ਪਿੰਡਾਂ ਦੇ ਵਿੱਚ, ਅਜਾਲੀ ਸਾਹਿਬ ਵੀ ਵੋਟਾਂ ਦੀ ਬੇਨਤੀ ਕਰਨ ਹੀ ਆਏ ਸੀ। ਬਿਲਕੁਲ ਜੀ, ਉਹ ਤਾਂ 24 ਘੰਟੇ ਅੱਗੇ ਪਿੱਛੇ ਵੀ ਮਤਲਬ ਸੁਣਦੇ ਨੇ ਲੋਕਾਂ ਦੀਆਂ ਦਿੱਕਤਾਂ, ਦਫ਼ਤਰ ਨੇੜੇ ਨੇ, ਲੋਕ ਉੱਥੇ ਜਾ ਕੇ ਮਿਲਦੇ ਨੇ, ਸਵੇਰੇ 9 ਵਜੇ ਤੋਂ ਦਫ਼ਤਰ ਖੁੱਲ੍ਹ ਜਾਂਦਾ ਜੀ। ਉਹ ਤਾਂ ਹਰੇਕ ਦੇ ਦੁੱਖ ਸੁੱਖ ਵਿੱਚ ਖੜਦੇ ਨੇ ਆ ਕੇ, ਇਸ ਕਰਕੇ ਤਾਂ ਉਹ ਹਰਮਨ ਪਿਆਰੇ ਨੇ ਲੋਕਾਂ ਦੇ ਇੱਥੇ ਹਲਕੇ ਦਾਖੇ ਦੇ ਵਿੱਚ। ਅੱਜ ਦੀ ਮੀਟਿੰਗ ਨੇ ਇੱਦਾਂ ਵਾ ਜੀ, ਆਪਾਂ ਮਨਪ੍ਰੀਤ ਆਲੀ ਸਾਹਿਬ ਆ ਜਿਹੜੇ ਸਾਡੇ ਬਹੁਤ ਚੰਗੇ ਨੇਤਾ, ਇਹਨਾਂ ਦਾ ਹਰ ਪਾਰਟੀ ਵਰਗ ਤੋਂ ਉੱਪਰ ਉੱਠ ਕੇ ਹਰ ਇੱਕ ਇਨਸਾਨ ਦੇ ਦੁੱਖ ਸੁੱਖ ਦੇ ਵਿੱਚ ਆਉਣਾ। ਇਹ ਨਹੀਂ ਗਾ ਵੀ ਉਹਨਾਂ ਨੇ ਕਿਸੇ ਨੂੰ ਕਿਸੇ ਦੇ ਕਿਸੇ ਦੁੱਖ ਆਇਆ ਜਾਂ ਖੁਸ਼ੀ ਆਈ ਆ, ਉਹਨਾਂ ਨੇ ਦੇਖਿਆ ਵੀ ਇਹ ਪਾਰਟੀ ਵਰਗ ਦਾ ਬੰਦਾ ਇਹਦੇ ਹੀ ਜਾਣਾ, ਹਰ ਇੱਕ ਦੇ ਦੁੱਖ ਦੇ ਵਿੱਚ ਆਇਆ। ਇਸ ਕਰਕੇ ਜਿੰਨੇ ਵੀ ਸਾਡੇ ਨਗਰ ਦੇ ਲੋਕ ਆ ਪਾਰਟੀ ਤੋਂ ਲਹਿਦਾ ਹੋ ਕੇ ਵੀ ਉਹਨਾਂ ਦੇ ਸੁਝਾਅ ਸੁਣਨ ਵਾਸਤੇ ਪਹੁੰਚੇ ਆ। ਬਾਕੀ ਤਾਂ ਜਿਹੜਾ ਅੱਗੇ ਬੂਟਾ ਪਾਉਣ ਦਾ ਵਾ ਉਹ ਹਰੇਕ ਨੇ ਨੁਮਾਇੰਦਿਆਂ ਦੀ ਸੁਣ ਕੇ, ਵਿਚਾਰਾਂ ਸੁਣ ਕੇ ਕਰਨਾ। ਇਸ ਕਰਕੇ ਜੀ ਅਸੀਂ ਇਹੀ ਗੱਲ ਕਰਦੇ ਵੀ ਇਹਨਾਂ ਦੀ ਜਿਵੇਂ ਸੁਝਾਅ ਵਾ, ਜਿਵੇਂ ਇਹ ਚੱਲਦੇ ਆ, ਇਹਨਾਂ ਦੇ ਸੁਝਾਅ ਨੂੰ ਸੁਣ ਕੇ ਵਧੀਆ ਜਿਹੜਾ ਆਪਣਾ ਨੁਮਾਇੰਦਾ ਵਾ ਉਹਨੂੰ ਵੋਟ ਪਾਈ ਜਾਵੇ। ਜਿਵੇਂ ਤੁਹਾਡੇ ਹਲਕੇ ਦੇ MP ਸੀਗੇ ਰਵਨੀਤ ਬਿੱਟੂ, ਹਾਂਜੀ, ਉਹ ਕਾਂਗਰਸ ਨੂੰ ਛੱਡ ਕੇ BJP ਦੇ ਵਿੱਚ ਚਲੇ ਗਏ, ਜਿਵੇਂ ਛੱਡੋ ਛੜਾਈ ਵੀ ਰਾਜਨੀਤੀ ਹੈਗੀ ਆ, ਵੋਟਰ ਇਹਨਾਂ ਦੇ ਉੱਤੇ ਕਿੱਦਾਂ ਵਿਸ਼ਵਾਸ ਕਰਨਗੇ, ਕਿੱਦਾਂ ਵੋਟ ਪਾਈਏ ਅਸੀਂ, ਕਿੱਦਾਂ ਪਛਾਣਨ ਵੀ ਸਾਡਾ ਸਹੀ ਲੀਡਰ ਕੌਣ ਹੋਊਗਾ? ਵਿਸ਼ਵਾਸ ਤਾਂ ਦੇਖੋ ਜੀ, ਉਹ ਕੀ ਕੀਤਾ ਜਾਵੇ, ਸਾਡੇ ਜਿਹੜੇ ਲੋਕ ਆ ਇਸੇ ਚੀਜ਼ ਦੇ ਵਿੱਚ ਤਾਂ ਦੁਵਿਧਾ ਦੇ ਵਿੱਚ ਪਏ ਹੋਏ ਆ, ਚਾਹੁੰਦੇ ਆ ਵੀ ਚੰਗਾ ਨੇਤਾ ਆਵੇ, ਚੰਗਾ ਇਨਸਾਨ ਆਵੇ ਜਿਹੜਾ ਸਾਡਾ ਕੰਮ ਕਰੇ, ਸਾਡੇ ਕੀਤੇ ਵਾਅਦਿਆਂ ਨੂੰ ਉਹ ਪੂਰਾ ਕਰੇ। ਨਾ ਤਾਂ 10 ਸਾਲ ਆ ਕੇ ਜਿਹੜੇ 6 ਸਾਲ ਦੀ 5 ਸਾਲ ਦੀ ਇਹਨਾਂ ਦੀ ਹੁੰਦੀ ਆ, ਆਉਂਦੇ ਆ ਹੁਣ ਵੋਟਾਂ ਲੈਣ ਦੇ ਮਾਰੇ ਆ ਗਏ, 5 ਸਾਲ ਤੋਂ ਬਾਅਦ ਦਰਸ਼ਨ ਹੀ ਨਹੀਂ ਹੋਣੇ, ਜੇ ਜਾਣਾ ਵਾ ਤਾਂ ਮਿਲਣਾ ਨਹੀਂ, ਇਹ ਜਿਹੀਆਂ ਗੱਲਾਂ ਰਹਿੰਦੀਆਂ। ਤੇ ਫਿਰ ਜਿਹੜੀ ਵੋਟ ਛੱਡ ਕੇ ਆਪਦੀ ਕੁਰਸੀ ਦਾ ਆਨੰਦ ਮਾਣ ਕੇ ਦੂਜੇ ਪਾਸੇ ਚਲੇ ਜਾਣਾ, ਇਹਨੂੰ ਕੋਈ ਚੰਗਾ ਤਾਂ ਸਮਝ ਨਹੀਂ, ਚਾਹੇ ਉਹ ਕਿਸੇ ਪਾਰਟੀ ਦੇ ਵਰਗ ਦਾ ਵੀ, ਚਾਹੇ ਉਹ ਕਾਂਗਰਸ ਦੇ ਵਿੱਚੋਂ ਆ, ਚਾਹੇ ਕਿਸੇ ਹੋਰ ਦਲ ਦੇ ਵਿੱਚੋਂ ਆ, ਜਿਹੜਾ ਵੀ ਕੋਈ ਦਲ ਛੱਡ ਕੇ ਜਾਂਦਾ ਜੀ ਉਹ ਦਲ ਬਦਲੂ ਨੂੰ ਤਾਂ ਨਹੀਂ, ਫਿਰ ਜਾਣਦੇ ਆ ਤੁਸੀਂ ਕੀ ਹੋਣਾ ਚਾਹੀਦਾ। ਪਿੰਡ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਜੋ ਸ਼੍ਰੋਮਣੀ ਅਕਾਲੀ ਦਲ ਦਾ ਰਣਜੀਤ ਸਿੰਘ ਢਿੱਲੋਂ ਇਸ ਹਲਕੇ 'ਚੋਂ ਖੜ੍ਹੇ ਹਨ, ਬਹੁਤ ਵਧੀਆ ਇਨਸਾਨ ਨੇ, ਗੁਰਸਿੱਖ ਇਨਸਾਨ ਨੇ, ਲੋਕਾਂ ਦੇ ਵਿੱਚ ਨੇੜੇ ਦੇ, ਲੁਧਿਆਣੇ ਦੇ ਨੇ, ਲੋਕਾਂ 'ਚ ਮਿਲਣਗੇ। ਬਾਕੀ ਅਜਾਲੀ ਸਾਹਿਬ ਨੇ ਉਹਨਾਂ ਦੀ ਪੂਰੀ ਸਪੋਰਟ ਕਰਕੇ ਉਹਨਾਂ ਨੂੰ ਖੜਾਇਆ, ਹਲਕਾ ਦਾਖਾ ਅਜਾਲੀ ਸਾਹਿਬ ਨਾਲ ਜੁੜਿਆ ਹੋਇਆ ਵਾ, ਅਤੇ ਅਜਾਲੀ ਸਾਹਿਬ ਦੇ ਨਾਲ ਜਿਵੇਂ ਵੀ ਹੈਗਾ ਅਸੀਂ ਉੱਦਾਂ ਵੋਟਾਂ ਰਣਜੀਤ ਸਿੰਘ ਢਿੱਲੋਂ ਨੂੰ ਪਾਵਾਂਗੇ। ਉਹ ਹਲਕੇ 'ਚ ਖੜ੍ਹੇ ਨੇ, ਅਕਾਲੀ ਦਲ ਨੇ ਉਹਨਾਂ ਨੂੰ ਖੜਾਇਆ ਵਾ।